ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਪੋਟਾਸ਼ ਤੱਤ ਦਾ ਮਹੱਤਵ ਕਣਕ ਦੀ ਫਸਲ ਦੇ ਵਿੱਚ ਕਿਸਾਨ ਵੀਰਾਂ ਨੇ ਜੇ ਨਹੀਂ ਪਾਈ ਤਾਂ ਕੀ ਸਪਰੇਅ ਨਾਲ ਸਰ ਸਕਦਾ। ਜਿਆਦਾ ਇੰਪੋਰਟੈਂਸ ਕੀ ਹੈ ਕਿਉਂਕਿ ਪੋਟਾਸ਼ ਤੱਤ ਆ ਜਿਹੜਾ ਨਾਈਟ੍ਰੋਜਨ ਤੋਂ ਬਾਅਦ ਫਾਸਫੋਰਸ ਦੀ ਤਰ੍ਹਾਂ ਹੀ ਬਹੁਤ ਇੰਪੋਰਟੈਂਟ ਤੱਤ ਹੈ। ਤਾਂ ਇਹ ਬੜਾ ਜ਼ਰੂਰੀ ਹੈ ਕਿ ਆਪਾਂ ਪੋਟਾਸ਼ ਤੱਤ ਪੂਰਾ ਦੇਈਏ ਤਾਂ ਕਿ ਜਿਹੜੀ ਕਣਕ ਹੈ ਉਹਨੂੰ ਸਟਰੈਂਥ ਦੇਣੀ ਉਹਨੂੰ ਬਿਮਾਰੀਆਂ ਕੀੜੇ ਮਕੌੜਿਆਂ ਤੋਂ ਬਚਾਉਣਾ ਉਹਦੇ ਵਿੱਚ ਦਾਣੇ ਦੀ ਭਰਾਈ ਪੂਰੀ ਹੋਵੇ ਫੋਕ ਨਾ ਰਹੇ ਤੇ ਐਂਡ ਤੱਕ ਜਿਹੜੀ ਕਣਕ ਹੈ ਉਹ ਹਰੇ ਭਾਈ ਬਣੀ ਰਹੇ ਦਾਣਾ ਹੌਲਾ ਨਾ ਪਵੇ ਬੜੇ ਪोटाश ਦੇ ਰੋਲ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਰ ਬਟਨ ਦਾਬੋ ਜੋ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਪोटाਸ਼ ਦਾ ਜਿਹੜਾ ਕੀ ਰੋਲ ਹੈ ਮੁੱਖ ਰੋਲ ਹੈ ਉਹ ਹੈਗੀ ਹੈ ਓਪਨਿੰਗ ਕਲੋਜ਼ਿੰਗ ਸਟੋਮੇਟਾ ਦੀ ਵਾਟਰ ਟਰਾਂਸਪੋਰਟ ਜਿਹੜੀ ਮੂਵਮੈਂਟ ਹੈ ਪਾਣੀ ਦੀ ਬੂਟੇ ਦੇ ਵਿੱਚ ਮੇਨਟੇਨ ਕਰਨੀ ਜੇ ਬੂਟੇ ਦੇ ਵਿੱਚ ਪਾਣੀ ਦੀ ਮੇਨ ਜਿਹੜੀ ਹੈਗੀ ਹੈ ਮੂਵਮੈਂਟ ਹੋਊਗੀ ਚੰਗੀ ਤਰ੍ਹਾਂ ਜਾਂ ਵਾਟਰ ਅਪਟੇਕ ਹੋਊਗੀ ਤਾਂ ਫਿਰ ਨਾਲ ਜਿਹੜੀ ਤੱਤਾਂ ਦੀ ਅਪਟੇਕ ਹੁੰਦੀ ਹੈ ਤੇ ਜੇ ਤੱਤਾਂ ਦੀ ਅਪਟੇਕ ਹੈ ਤੇ ਉਹਨੂੰ ਮੂਵਮ ਕਰਨ ਵਾਸਤੇ ਜਿਹੜੀ ਹੈਗੀ ਜਿਹੜਾ ਪਾਣੀ ਹੈ ਜਿਹਨੂੰ ਸੈਪ ਕਹਿ ਦਿੰਦੇ ਆਪਾਂ ਤਾਂ ਉਹਦੇ ਰਾਈ ਜਿਹੜਾ ਹੈਗਾ ਮੂਵਮੈਂਟ ਵੱਖ-ਵੱਖ ਤੱਤਾਂ ਦੀ ਬੂਟੇ ਦੇ ਵਿੱਚ ਹੁੰਦੀ ਹੈ ਜਿਹੜਾ ਇਹ ਪोटाश ਹੈ ਮੈਕਸਿਮਮ ਆ ਜਿਹੜਾ ਬੂਟੇ ਦੇ ਵਿੱਚ ਅਪਟੇਕ ਜਦੋਂ ਬੂਟਾ ਕਰਦਾ ਤਾਂ ਇਹਦੇ ਜਿਹੜੇ ਸੈੱਲ ਹੁੰਦੇ ਆ ਸੈੱਲ ਵਕਿਓਲ ਹੁੰਦੀ ਇੱਕ ਉਹਦੇ ਵਿੱਚ ਸਟੋਰ ਹੁੰਦਾ ਪੋਟਾਸ਼ ਜ਼ਿਆਦਾ ਸੈੱਲ ਵਕਿਓਲ ਦੇ ਵਿੱਚ ਸਟੋਰ ਹੋ ਕੇ ਤੇ ਇਹ ਉਹਨੂੰ ਜਿਹੜਾ ਸਟਰੈਂਥ ਦਿੰਦਾ ਸੈੱਲ ਨੂੰ ਜਦੋਂ ਸੈੱਲ ਇੱਕ ਦੂਜੇ ਨਾਲ ਜੁੜ ਕੇ ਜਿਹੜਾ ਹੈਗਾ ਇੱਕ ਪlant ਬਣਾਉਂਦੇ ਆ ਤੇ ਜਦੋਂ ਸੈੱਲ ਨੂੰ ਸਟਰੈਂਥ ਮਿਲੂਗੀ ਤਾਂ ਬੂਟੇ ਨੂੰ ਸਟਰੈਂਥ ਮਿਲੂਗੀ ਬੂਟਾ ਸਿੱਧਾ ਖੜਾ ਰਹੂ ਤੇ ਬੜਾ ਸ਼ਾਨਦਾਰ ਜਿਹੜੀ ਹੈਗੀ ਉਹਦੀ ਗਰੋਥ ਹੋਊਗੀ ਡਿੱਗਣ ਤੋਂ ਫਸਲ ਬਚੂਗੀ ਤੇ ਜੇ ਸੈਲ ਉਹਦੇ ਸਟਰੋਂਗ ਹੋਣਗੇ ਤਾਂ ਫਿਰ ਉਹ ਬਿਮਾਰੀਆਂ ਨਾਲ ਕੀੜੇ ਮਕੌੜਿਆਂ ਨਾਲ ਲੜਨ ਦੀ ਵੀ ਉਹਦੀ ਸਹਿਣ ਸ਼ਕਤੀ ਜਿਹੜੀ ਹੈਗੀ ਜੀ ਉਹਦੀਆਂ ਕੰਧਾਂ ਸਟਰੋਂਗ ਹੋਣਗੀਆਂ ਤਾਂ ਬਿਮਾਰੀਆਂ ਨਾਲ ਕੀੜੇ ਮਕੌੜਿਆਂ ਨਾਲ ਲੜਨ ਦੀ ਸਹਿਣ ਸ਼ਕਤੀ ਵਧੂਗੀ ਤੇ ਜੇ ਪੋਟਾਸ਼ ਤੱਤ ਪੂਰਾ ਹੋਊਗਾ ਤਾਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਜੇ ਕੋਈ ਸਟ੍ਰੈਸ ਆਉਂਦੀ ਆ ਪਾਣੀ ਦੀ ਸਟ੍ਰੈਸ ਆ ਗਈ ਹਾਈ ਟੈਂਪਰੇਚਰ ਸਟ੍ਰੈਸ ਆ ਗਈ ਤਾਂ ਉਹ ਤੋਂ ਵੀ ਫਸਲ ਨੂੰ ਬਚਾਉਂਦਾ ਤੇ ਜੇ ਵਿੱਚ ਮੂਵਮੈਂਟ ਤੱਤਾਂ ਦੀ ਪੂਰੀ ਹੋਊਗੀ ਤਾਂ ਜਦੋਂ ਫਿਰ ਸੋਰਸ ਟੂ ਸਿੰਕ ਜਦੋਂ ਬੂਟਿਆਂ ਤੋਂ ਦਾਣੇਵਾਲ ਨੂੰ ਜਾਣਾ ਤਾਂ ਫਿਰ ਜਿਹੜਾ ਹੈਗਾ ਪੂਰੇ ਜਿਹੜੇ ਸਹੀ ਮਾਤਰਾ ਦੇ ਵਿੱਚ ਤੱਤ ਨੇ ਉਹ ਦਾਣੇਵਾਲ ਨੂੰ ਮੂਵ ਕਰ ਸਕਣ ਜੇ ਪोटाश ਜਿਹੜਾ ਹੈਗਾ ਉਹਨੂੰ ਪੂਰਾ ਮਿਲਿਆ ਹੋਇਆ ਹੋਊਗਾ ਪोटाश ਤੱਤ ਜਿਹੜਾ ਹੈਗਾ ਜਦੋਂ ਫਸਲ ਨੂੰ ਆਪਾਂ ਪਾਉਂਦੇ ਆ ਮੈਕਸਿਮਮ ਜਿਹੜੀ ਇਹਦੀ ਅਪਟੇਕ ਆ ਫਟਾਰੇ ਟਾਈਮ ਇਹ ਸ਼ੁਰੂ ਕਰ ਦਿੰਦਾ ਤੇ ਉਸ ਤੋਂ ਬਾਅਦ ਜਿਹੜੀ ਜਦੋਂ ਤੱਕ ਗੋਭ ਚ ਜਾਣਾ ਹੈ ਇਹਨੇ ਮੰਨ ਲਓ ਝੰਡਾ ਪਤਾ ਨਿਕਲਣਾ ਤਕਰੀਬਨ ਤਕਰੀਬਨ 70 ਤੋਂ 75% ਤੱਕ ਅਪਟੇਕ ਜਿਹੜੀ ਫਸਲ ਕਰ ਰਹੀਂਦੀ ਹੈ ਤੇ ਬਾਕੀ ਰਹਿੰਦੀ ਜਿਹੜੀ ਹੈਗੀ ਆ ਉਹ ਦਾਣੇ ਭਰਨ ਤੋਂ ਪਹਿਲੇ ਪਹਿਲੇ ਨੇ ਚੱਕ ਲੈਣਾ ਬਾਕੀ ਜਿਹੜਾ ਹੈਗਾ ਉਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਸਟੋਰ ਹੈ ਪोटाश ਬੂਟੇ ਦੇ ਵਿੱਚ ਉਹਨੇ ਕੰਮ ਕਰਨਾ ਤੇ ਜੇ ਆਪਾਂ ਜਿਹੜਾ ਪਾਉਣ ਦੀ ਗੱਲ ਕਰੀਏ ਸਮਾਂ ਕਿਹੜਾ ਤਾਂ ਸਭ ਤੋਂ ਬੈਸਟ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਬਜਾਈ ਟਾਈਮ ਆਪਾਂ ਡ੍ਰਿਲ ਕਰਦੇ ਆ ਜਾਂ ਛੱਟਾ ਦਿੰਨੇ ਆ ਤੇ ਬਾਅਦ ਚੋਂ ਖੇਤ ਦੇ ਵਿੱਚ ਮਿਕਸ ਕਰ ਦਿੰਨੇ ਆ ਛੱਟਾ ਦੇ ਕੇ ਜੇ ਉਹਦੋਂ ਨਹੀਂ ਪਾਇਆ ਜਾਂ ਜੇ ਆਪਾਂ ਕਹਿ ਲਈਏ ਕਿ ਜਿੱਥੇ ਰੇਤ ਲੀਆਂ ਜ਼ਮੀਨਾਂ ਨੇ ਸੈਂਡੀ ਸੋਇਲ ਕਹਿ ਲਈਏ ਜਿੱਥੇ ਲੀਚਿੰਗ ਲਾਸ ਤੋਂ ਆਪਾਂ ਨੂੰ ਲੱਗਦਾ ਕਿ ਜੇ ਆਪਾਂ ਬਜਾਈ ਟਾਈਮ ਹੀ ਤਤ ਪਾਉਣੇ ਤਾਂ ਉਹ ਚ ਲੀਚਿੰਗ ਜਾਂ ਜਿਹੜੀ ਹੈਗੀ ਆ ਉਹਨੂੰ ਪ੍ਰੋਪਰ ਜਿਹੜਾ ਬੂਟੇ ਨੂੰ ਨਹੀਂ ਮਿਲਣਾ ਤਾਂ ਫਿਰ ਉਹਦੇ ਵਿੱਚ ਆਪਾਂ ਦੋ ਸਪਲਟਸ ਦੇ ਵਿੱਚ ਵੀ ਪਾ ਸਕਦੇ ਆ ਥੋੜਾ ਜਿਹਾ ਬਜਾਈ ਟਾਈਮ ਥੋੜਾ ਜਿਹਾ ਆਪਾਂ ਜਿਹੜਾ ਹੈਗਾ ਪਹਿਲੇ ਪਾਣੀ ਤੇ ਪਾ ਸਕਦੇ ਆ ਟਿਲਰਿੰਗ ਟਾਈਮ ਜਦੋਂ ਫਟਾਰਾ ਕਰ ਰਿਹਾ ਜਿਹੜੇ ਕਿਸਾਨ ਵੀਰ ਨਹੀਂ ਪਾਉਂਦੇ ਜਾਂ ਜਾਂ ਆਪਾਂ ਕਹਿ ਲਈਏ ਕਿ ਜਿੱਥੇ ਆਪਾਂ ਜਿਹੜੀ ਪ੍ਰਾਲੀ ਖੇਤ ਦੇ ਵਿੱਚ ਜਿਹੜੇ ਕਿਸਾਨ ਵੀਰ ਪਾਉਂਦੇ ਜਾਂ ਰੂੜੀ ਦੀ ਖਾਦ ਪਾਉਂਦੇ ਜਾਂ ਹਰੀ ਖਾਦ ਵਗੈਰਾ ਆਪਾਂ ਕਰਦੇ ਹਾਂ ਕਿਉਂਕਿ ਮੈਕਸਿਮਮ ਜਿਹੜਾ ਹੈ ਪੋਟਾਸ਼ ਦਿੱਤਾ ਹੈ ਇਹ ਬੂਟੇ ਦੇ ਤਣੇ ਪੱਤਿਆਂ ਦੇ ਵਿੱਚ ਜਿਹੜਾ ਹੈਗਾ ਰਹਿੰਦਾ 20% ਜਿਹੜਾ ਹੈਗਾ ਜਿਹੜੀ ਅਪਟੇਕ ਆ ਦਾਣੇ ਜਦੋਂ ਭਰਨੇ ਸ਼ੁਰੂ ਹੁੰਦੇ ਆ ਜਾਂ ਸਿੱਟੇ ਨਿਕਲਦੇ ਨੇ ਜੇ ਆਪਾਂ ਕਹਿ ਲਈਏ ਕਿ ਦਾਣੇ ਭਰਨ ਤੋਂ ਪਹਿਲਾਂ ਪਹਿਲਾਂ ਜਿਹੜਾ 20% ਚੱਕਿਆ ਹੁੰਦਾ ਬੂਟੇ ਨੇ ਉਹ ਦਾਣੇ ਆ ਜਿਹੜੇ ਸਿੱਟਿਆਂ ਵੱਲ ਨੂੰ ਮੂਵ ਕਰ ਜਾਂਦਾ ਸਪਾਈਕਸ ਵਾਲੋ ਤਾਂ ਜਿੱਥੇ ਆਪਾਂ ਪਰਾਲੀ ਖੇਤ ਚ ਬਾਉਂਦੇ ਆ ਮੈਕਸਿਮਮ ਪੋਟਾਸ਼ ਐਡ ਹੋ ਜਾਂਦੀ ਆ ਰੂੜੀ ਪਾਉਂਦੇ ਆ ਜਾਂ ਹਰੀ ਖਾਦ ਵਗੈਰਾ ਕਰਦੇ ਆ ਜਿੱਥੇ ਕਹਿਣ ਦਾ ਮਤਲਬ ਕਿ ਫਸਲਾਂ ਦੀ ਰੇਂਦ ਖੁਦ ਬੈਂਦੀ ਉੱਥੇ ਜ਼ਮੀਨ ਦੇ ਵਿੱਚ ਕਾਫੀ ਜ਼ਿਆਦਾ ਪੋਟਾਸ਼ ਤੱਤ ਹੁੰਦਾ ਜਾਂ ਆਪਾਂ ਮਿੱਟੀ ਪਰਖ ਕਰਾਈ ਹੋਈ ਆਪਾਂ ਨੂੰ ਪਤਾ ਹੁੰਦਾ ਕਿ ਕਿੰਨਾ ਕੁ ਪੋਟਾਸ਼ ਹੈ ਜਿਹੜੇ ਕਿਸਾਨ ਵੀ ਪਰਾਲੀ ਖੇਤ ਦੇ ਵਿੱਚ ਆਪਾਂ ਨਹੀਂ ਬਾਉਂਦੇ ਹੈਗੇ ਜਾਂ ਆਪਾਂ ਬਾਹਰੋਂ ਪੋਟਾਸ਼ ਘੱਟ ਐਡ ਕਰਦੇ ਤਾਂ ਫਸਲ ਦਾ ਜਿਹੜਾ ਝਾੜ ਕਾਫੀ ਫਰਕ ਪੈਣ ਦਾ ਖਾਤਸ਼ਾ ਰਹਿੰਦਾ ਹੈਗਾ ਤਾ ਪੋਟਾਸ਼ ਤੱਤ ਵਾਸਤੇ ਅਵੇਲੇਬਲ ਜਿਹੜੇ ਸੋਰਸ ਨੇ ਉਹ ਇੱਕ ਮੁੱਖ ਤੌਰ ਤੇ 60% ਵਾਲਾ ਮੀਰੋਟੋਪ ਪੋਟਾਸ਼ ਆਉਂਦਾ ਪੋਟਾਸ਼ੀਅਮ ਕਲਰਾਇਡ ਇਹ ਲਾਲ ਰੰਗ ਚ ਵੀ ਤੇ ਚਿੱਟੇ ਰੰਗ ਚ ਵੀ ਦਾਣੇਦਾਰ ਵੀ ਆਉਂਦਾ ਤੇ ਇਸ ਕ੍ਰਿਸਟਲਾਈਨ ਫਾਰਮ ਦੇ ਵਿੱਚ ਵੀ ਆਉਂਦਾ ਇੱਕ 1.54% ਦਾ ਆਉਂਦਾ ਪੋਟਾਸ਼ ਡਰਾਈਵਡ ਫਰਮ ਲੈਸਿਸ ਉਹਦੇ ਵਿੱਚ 1.14% ਹੁੰਦੀ 100 ਕਿਲੋ ਮਗਰ ਪੋਟਾਸ਼ ਤੱਤ ਤੇ ਜਿਹੜਾ 60% ਵਾਲਾ ਉਹ ਚ 100 ਕਿਲੋ ਮਗਰ 60% ਹੁੰਦੀ ਹੈ ਤੇ ਇਦਿਆਂ ਦੀ ਮਾਤਰਾ ਦੀ ਆਪਾਂ ਗੱਲ ਕਰੀਏ ਤਾਂ 60% ਵਾਲਾ 20 ਕਿਲੋ ਜ਼ਰੂਰਤ ਹੁੰਦੀ ਹੈ ਦਰਮਿਆਨੀਆਂ ਜਮੀਨਾ ਵਾਸਤੇ ਜਿਹੜੀ ਰეკਮੈਂਡੇਸ਼ਨ ਆ ਤਾਂ ਜਿਹੜੇ ਗਰਦਾਸਪੁਰ ਹੁਸ਼ਿਆਰਪੁਰ ਰੋਪੜ ਸ਼ੀਤ ਭਗਤ ਸਿੰਘ ਨਗਰ ਇਹਨਾਂ ਜ਼ਿਲ੍ਹਿਆਂ 40 ਕਿਲੋ ਤੱਕ ਵੀ ਜ਼ਰੂਰਤ ਪੈ ਸਕਦੀ 40 ਕਿਲੋ 60% ਵਾਲੀ ਪੋਟਾਸ਼ ਤੇ ਜਿਹੜੇ 14.5% ਵਾਲੇ ਕਿਸਾਨ ਵੀ ਵਰਤਦੇ ਆ 20 ਕਿਲੋ ਦੀ ਜਗ੍ਹਾ ਤੇ ਉਹਨਾਂ ਨੂੰ ਡੇਢ ਗੱਟਾ ਜਾਂ ਉਸ ਤੋਂ ਵੀ 5-10 ਕਿਲੋ ਉੱਪਰ ਪਾਉਣੀ ਪੈਂਦੀ ਆ 75-80 ਕਿਲੋ ਤੱਕ ਆਪਾਂ ਕਹਿ ਲਈਏ ਤੇ ਜਿਹੜੇ ਇਹ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਸ਼ੀਦ ਪਖਸੰਗਨਗਰ ਇੱਥੇ ਕਮੰਟਲ ਦੇ ਕਰੀਬ ਜਿਹੜਾ ਕਮੰਟਲ ਤੋਂ ਸਵਾ ਕਮੰਟਲ ਤੱਕ ਵੀ ਆਪਾਂ ਨੂੰ ਜਿਹੜੀ ਪਾਣੀ ਪਾਉਂਗੀ ਜੀ ਆਪਾਂ ਪੂਰੀ ਪोटाश ਫਸਲ ਨੂੰ ਦੇਣੀ ਆ ਤੇ ਜਿਹੜੇ ਕਿਸਾਨ ਵੀਰਾਂ ਨੇ ਨਹੀਂ ਪਾਈ ਪोटाश ਪਹਿਲੇ ਪਾਣੀ ਤੇ ਪੂਰਾ ਕਰ ਸਕਦੇ ਆ ਜਾਂ ਹੱਦ ਆਪਾਂ ਜਿਹੜਾ 50 ਦਿਨ ਤੱਕ ਜਦੋਂ ਯੂਰੀਆ ਖਤਮ ਕਰਨੀ ਆ ਉਦੋਂ ਤੱਕ ਆਪਾਂ ਦੇ ਸਕਦੇ ਆ ਉਦੋਂ ਲੇਟ ਜਿਹੜਾ ਹੈਗਾ ਕਿਉਂਕਿ ਉਦੋਂ ਮੈਕਸਿਮਮ ਜਿਹੜੀ ਪोटाश ਦੀ ਆਪਟੇਕ ਫਸਲ ਨੂੰ ਜ਼ਰੂਰਤ ਹੁੰਦੀ ਆ ਉਹਨੂੰ ਸਿੱਧਾ ਡਿੱਗਣ ਤੋਂ ਬਚਾਉਣ ਨੂੰ ਫਸਲ ਨੂੰ ਬਿਮਾਰੀਆਂ ਕੀੜ ਤੇ ਜਿਹੜੇ ਕਈ ਕਿਸਾਨ ਜਿਹੜੀ ਆਪਾਂ ਸਪਰੇਅ ਦੇਣੀ ਆ ਜਦੋਂ ਫਸਲ ਗੋਭ ਚ ਐਨਪੀਕੇ 13045 ਉਦੋਂ ਆਪਾਂ ਸਪਲੀਮੈਂਟ ਦੇਣੀ ਆ ਉਹਨੂੰ ਕਈ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਇਹ ਸਪਰੇਅ ਕਰ ਦਈਏ ਜੇ ਪਹਿਲਾਂ ਨਾ ਪਾਈ ਜੇ ਪਹਿਲਾਂ ਤੁਸੀਂ ਨਹੀਂ ਪਾਈ ਜਿਹੜੀ ਜ਼ਮੀਨ ਦੇ ਵਿੱਚ ਪੋਟਾਸ਼ ਪਾਉਣੀ ਆ ਉਹ ਨੂੰ ਪੂਰਤੀ ਨਹੀਂ ਹੋਣੀ ਕਰਨੀ ਸਪਰੇਅ ਨੇ ਉਹਨੇ ਤਾਂ ਮੌਕੇ ਤੇ ਉਹਨੂੰ ਪੋਟਾਸ਼ ਤੱਤ ਦੇਣਾ ਜੇ ਕੋਈ ਥੋੜੀ ਬੋਧੀ ਘਾਟ ਕਿਉਂਕਿ ਉਸ ਟਾਈਮ ਵੀ ਮੈਕਸਿਮਮ ਜ਼ਰੂਰਤ ਹੁੰਦੀ ਪੋਟਾਸ਼ ਦੀ ਤੇ ਇੱਕ ਜਿਹੜਾ ਹੈਗਾ ਉਹਦੇ ਵਿੱਚ ਵਾਟਰ ਮੂਵਮੈਂਟਸ ਵਾਸਤੇ ਇੱਕ ਉਹਨੂੰ ਜਿਹੜਾ ਹਾਈ ਟੈਂਪਰੇਚਰ ਸਟ੍ਰੈਸ ਤੋਂ ਜਦੋਂ ਫਸਲ ਜਿਹੜੀ ਪੱਕਣ ਵਾਲੀ ਹੁੰਦੀ ਆ ਤੇ ਦਾਣਾ ਪੂਰਾ ਭਰੇ ਹੋਕ ਨਾ ਪਵੇ ਨਾਲ ਜਿਹੜੀ ਬੋਰੋਨ ਉਹ ਵਗੈਰਾ ਵੀ ਆਪਾਂ ਜਿਹੜੀ ਸਪਰੇਅ ਕਰਦੇ ਆ ਉਹਦੇ ਬਾਰੇ ਮੈਂ ਵੱਖਰੀ ਵੀਡੀਓ ਜਾਣਕਾਰੀ ਸਾਂਝੀ ਕਰੂੰਗਾ ਉਹ 13045 ਉਹ ਆਪਾਂ ਵੱਖਰੀ ਕਰਨੀ ਆ ਸਪਰੇਅ ਐਡੀਸ਼ਨਲ ਬੈਨੀਫਿਟ ਵਾਸਤੇ ਆ ਜਾਂ ਆਪਾਂ ਗੋਭ ਸਮੇਂ ਇੱਕ ਕਰਦੇ ਆ ਤੇ ਇੱਕ ਆਪਾਂ ਜਿਹੜੀ ਹੈਗੀ ਆ ਮਿਲਕ ਸਟੇਜ ਤੇ ਕਰ ਸਕਦੇ ਆ ਜਾਂ ਯੂਨੀਵਰਸਿਟੀ ਦੀ ਜਿਵੇਂ ਫਾਰਚੱਕ ਸਿੱਟੇ ਨਿਕਲਣੇ ਨਿਕਲਣੇ ਸਮੇਂ ਤੇ ਜਾਂ ਦੂਸਰੀ ਜਿਹੜੀ ਹੈਗੀ ਆ ਮਿਲਕ ਸਟੇਜ ਤੇ ਜਦੋਂ ਬੂਰ ਪੈ ਗਿਆ ਜਾਂ ਪੈ ਕੇ ਝੜ ਜਾਂਦਾ ਤਾਂ ਮਿਲਕ ਸਟੇਜ ਜਦੋਂ ਸ਼ੁਰੂ ਹੁੰਦੀ ਆ ਤਾਂ ਉਦੋਂ ਆਪਾਂ ਜਿਹੜੀ ਹੈਗੀ ਆ ਉਹ ਸਪਰੇ ਸੈਕਿੰਡ ਕਰ ਸਕਦੇ ਆ ਉਹ ਸਪਲੀਮੈਂਟ ਹੁੰਦੀ ਆ ਤੇ ਝਾੜ ਬੜਾ ਵਧਾਉਂਦੀ ਆ ਕੁਆਲਿਟੀ ਬਣਾਉਂਦੀ ਦਾਣਾ ਪੂਰਾ ਜਿਹੜਾ ਭਰਦਾ ਸੋ ਕਿਰਪਾ ਕਰਕੇ ਜਿਹੜੇ ਕਿਸਾਨ ਵੀਰ ਪਹਿਲਾਂ ਪਾਣੀ ਲਾ ਰਹੇ ਥੋੜੀ ਜਿਹੀ ਲੇਟ ਜੇ ਕੋ ਕਣਕ ਲੱਗੀ ਆ ਜਾਂ ਲੇਟ ਉੱਥੇ ਤੁਸੀਂ ਪੋਟਾਸ਼ ਕੰਪਲੀਟ ਕਰਦੇ ਆ ਜੀ ਕਿਉਂਕਿ ਮੈਂ ਫਟਾਰੇ ਟਾਈਮ ਸ਼ੁਰੂ ਤੋਂ ਹੀ ਫਸਲ ਜਿਹੜੀ ਜਿਹੜਾ ਰਾਈ ਅਪਟੇਕ ਜਿਹੜੀ ਕਰਨੀ ਸ਼ੁਰੂ ਕਰਨੀ ਦੀ ਕਿਉਂਕਿ ਫਟਾਰ ਟਾਈਮ ਜਾਂ ਗੋਭ ਆਉਣ ਤੱਕ ਜਿਹੜੀ 70 75% ਉਹਨੇ ਪੋਟਾਸ਼ ਲੈ ਲੈਣੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਜਦੋਂ ਉਹ ਸਿੱਟੇ ਨਿਕਲਣੇ ਸ਼ੁਰੂ ਹੋਣੇ ਜਾਂ ਦਾਣਾ ਭਰਾਈ ਦਾਣੇ ਵੱਣਨੇ ਸ਼ੁਰੂ ਹੋਣੇ ਆ ਤਾਂ ਉਸ ਤੋਂ ਪਹਿਲਾਂ ਪਹਿਲਾਂ ਉਹਨੇ ਜਿੰਨੀ ਕਿ ਜ਼ਰੂਰਤ ਹੁੰਦੀ ਪੋਟਾਸ਼ ਲੈ ਲੈਣੀ ਇਸੇ ਕਰਕੇ ਆਪਾਂ ਗੋਭ ਸਮੇ ਜਿਹੜੀ ਐਨਪੀਕੇ 13 0 45 ਰეკਮੈਂਡ ਕਰਦੇ ਕਿ ਨਾਲ ਜੇ ਕੋਈ ਥੋੜੀ ਬਹੁਤੀ ਘਾਟ ਹੈਗੀ ਆ ਜੇ ਥੱਲੇ ਵੀ ਪਾਈ ਆ ਤਾਂ ਨਪੀਕੇ 13 045 ਜਿਹੜੀ ਕਿ ਬੈਸਟ ਐਨਪੀਕੇ ਆ ਤੇ ਰეკਮੈਂਡੇਸ਼ਨ ਵੀ ਇਹਦੀ ਹੈਗੀ ਆ ਦਾਣੇ ਦੀ ਕੁਆਲਿਟੀ ਜਿਹੜੇ ਕਿਸਾਨ ਵੀਰ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਹੈਗੀ ਦਾਣੇ ਦੀ ਕੁਆਲਿਟੀ ਦਾਣਿਆਂ ਦੀ ਗਿਣਤੀ ਤੇ ਭਾਰ ਤੇ ਝਾੜ ਤੇ ਤਾਂ ਫਿਰ ਉਹਦਾ ਅਲਟੀਮੇਟ ਮੀਟਲੀ ਜਿਹੜਾ ਹੈਗਾ ਆਪਾਂ ਨੂੰ ਬੈਨੀਫਿਟ ਮਿਲਣਾ ਹੀ ਮਿਲਣਾ ਹੈਗਾ ਸੋ ਪੋਟਾਸ਼ ਬੜਾ ਮਹੱਤਵਪੂਰਨ ਤੱਤ ਹੈ ਕਿਰਪਾ ਕਰਕੇ ਇਹਦੇ ਨਾਲ ਆਪਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਫਸਲੀ ਰੇਂਦ ਖੂਦ ਖੇਤਾਂ ਚ ਵਾਓ ਰੂੜੀ ਦੀ ਖਾਦ ਪਾਓ ਹਰੀ ਖਾਦ ਕਰੋ ਜਾਂ ਆਪਾਂ ਜਿਹੜੀ ਪੋਟਾਸ਼ ਹੈ ਇਹ ਬਾਹਰੋਂ ਐਡ ਕਰੀਏ ਕੈਮੀਕਲ ਸੋਰਸ ਰਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ